निहाल सिंह वाले दे विच आपां निहाल सिंह वाला मेरे नाल आ बाई जगराज तख्तूपुरे वाला ते मेरे नाल बाई परमिंदर तख्तूपुरे वाला मेरे नाल गबरू गबरू दा नाम की है दा गुरवीर सरा गुरवीर सिंह ते आ गबरू दा गरनूर सिंह आ मेरे नाल घोड़े लिया बी नवा नवा काम स्टार्ट किया कम तो आप कह ही नहीं सकते इनू कम तो यह है ही नहीं गा ये तो शौक आ आप कहते नवा नवे शौक न मुंडिया ने घोड़े रखे आ तीन चार घोड़िया भी लियाए दो घोड़े भी लियाए घोड़े वेखे तो मैनू ए लगता सी बाई जगराज भी जिमें तुम अणजाण नहीं रखे कितने घोड़े सही गल तो तुम यार कित ए ना हो भी किसी ने ऐसा वैसा ही देता हो ਘੋੜੇ ਚੰਗੇ ਲਿਆਏ ਠੀਕ ਹੈ ਜੀ ਵਧਗਾ ਆ ਗਏ ਘੋੜੇ ਤੁਹਾਨੂੰ ਮੁਬਾਰਕਾਂ ਇਸ ਗੱਲ ਦੀ ਧੰਨਵਾਦ ਥੈਂਕ ਯੂ ਕਿੱਥੋਂ ਲਿਆਂਦਾ ਖਾਲੀ ਕਿੱਧਰੋਂ ਲਿਆਂਦਾ ਕੱਲਾ ਤੋਂ ਕੱਲਾ ਕੱਲਾ ਤੋਂ ਕੱਲਾ ਕੱਲਾ ਤੋਂ ਭਗਤ ਬਾਜੇ ਬਾਜੇ ਇਹ ਮਤਲਬ ਬਾਜੇ ਖਾਣੇ ਮੱਲੇ ਮੱਲੇ ਤੋਂ ਮੱਲੇ ਤੋਂ ਮੱਲੇ ਤੋਂ ਮੱਲੇ ਵਾਲੇ ਡਾਕਟਰ ਤੋਂ ਲਿਆਂਦਾ ਹਾਂਜੀ ਇਹ ਉਹਦੇ ਹੀ ਘਰੇ ਜੰਮਿਆ ਉਹਦੇ ਘਰੇ ਪਾਇਆ ਹਾਂਜੀ ਉਹਦੇ ਘਰੇ ਜੰਮਿਆ ਤੇ ਤੁਹਾਡੇ ਜੋ ਰੌਲਾ ਕਿਹੜਾ ਪਾਉਂਦਾ ਨਿੱਕਾ ਪਾਉਂਦਾ ਵੱਧ ਕ ਘੋੜਿਆਂ ਆ ਰਿਆ ਰੇ ਛੋਟਾ ਠੀਕ ਆ ਕਾਰੋਬਾਰ ਆਪਣਾ ਕਤਰ ਚ ਕਤਰ ਚ ਹਾਂਜੀ ਕਤਰ ਦੇ ਵਿੱਚ ਕਾਰੋਬਾਰ ਆ ਬਾਈ ਹੁਣਾਂ ਦਾ ਮਾਲਕ ਦੀ ਕਿਰਪਾ ਨਾਲ ਤੇ ਉੱਥੇ ਕਾਰੋਬਾਰ ਕਰਦੇ ਆ ਘੋੜੇ ਰੱਖ ਲਏ ਇੱਥੇ ਤੇ ਇੱਥੇ ਜਗਰਾਜ ਘੋੜੇ ਸਾਂਭੂ ਕੌਣ ਚਾਚੇ ਦਾ ਮੁੰਡਾ ਆਪਣੇ ਹੈਗਾ ਹੈਗਾ ਸਾਂਭੂਗਾ ਪੂਰੇ ਪੂਰੇ ਜੀ ਪੂਰੇ ਮੁੰਡੇ ਤਿੰਨ ਤਿੰਨ ਰੱਖੇ ਆਪਾਂ ਤਿੰਨ ਮੁੰਡੇ ਰੱਖ ਲਏ ਹਾਂਜੀ ਹੈਂ ਹਾਂਜੀ ਚਲੋ ਵਧੀਆ ਗੱਲ ਆ ਤੇ ਕਿੱਥੇ ਆਇਆ ਖਲੀ ਤੇਰੇ ਕੋਲੇ ਮੇਰੇ ਕੋਲੇ ਕੱਲ ਹੀ ਆਇਆ ਆ ਟੈਂਟ ਭਾਈ ਇਹਨਾਂ ਨੇ ਮੇਰੇ ਆਉਣ ਕਰਕੇ ਨਹੀਂ ਲਾਇਆ ਕੋਈ ਹੋਰ ਜਾਣਾ ਟੈਂਟ ਨਾ ਲਾ ਲਿਓ ਮਿਹਨਤ ਵਾਲੀ ਗੱਲ ਆ ਐਕਤੀ ਆਹ ਸਿਸਟਮ ਬੜਾ ਚੱਲ ਪਿਆ ਜੇ ਇੱਕ ਬੰਦਾ 20 ਬੰਦੇ ਇਕੱਠੇ ਕਰ ਲੈਂਦਾ ਤੇ ਦੂਜਾ ਕਬਜ਼ਾ ਲੈਣ ਵਾਲਿਆਂ ਵਾਂਗੂ ਜਦੋਂ ਮੈਂ ਜਾਣਾ 30 ਇਕੱਠੇ ਕਰ ਲੈਂਦਾ ਇਹ ਭਾਈ ਇਹਨਾਂ ਨੇ ਟੈਂਟ ਮੇਰਾ ਕਰਕੇ ਨਹੀਂ ਲਾਇਆ ਬਾਬੇ ਦੇ ਦੀਵਾਨ ਲੱਗਣੇ ਆ ਇੱਥੇ ਹਾਂਜੀ ਹੈ ਨਾ ਜੀ ਬਾਬੇ ਦੀਵਾਨ ਲੱਗਣੇ ਨੇ ਅਵਤਾਰ ਸਿੰਘ ਧੂਰਕੋਟ ਵਾਲੇ ਆਹੋ ਮੈਂ ਦੱਸਣਾ ਜ਼ਰੂਰੀ ਸੀ ਮੈਂ ਕਿਹਾ ਕਿਤੇ ਇਹ ਨਾ ਹੋਵੇ ਵੀ ਅਗਲਾ ਕਹਿੰਦਾ ਜਗਰਾਜ ਨੇ ਨਿਹਾਲੇ ਵਾਲੇ ਵਾਲੇ ਨੇ ਟੈਂਟ ਲਾ ਲਿਆ ਤੇ ਹੁਣ ਜਿਹੜਾ ਗਾਹਾਂ ਵਾਲਾ ਉਹ ਉਦੋਂ ਵੱਡੇ ਥਾਂ 'ਚ ਲਾ ਲਏ ਟੈਂਟ ਇਹ ਐਵੇਂ ਵੀ ਚੱਕਰ ਪੈ ਜਾਂਦਾ ਬਾਈ ਹੁਣ ਐਂ ਵੀ ਕਰਦੇ ਆ ਸਾਡੇ ਨਾਲ ਮੈਂ ਮੇਰੇ ਮਨ 'ਤੇ ਲੋੜ ਰਹਿੰਦਾ ਇਹ ਗੱਲ ਦਾ ਠੀਕ ਹੈ ਬਈ ਯਾਰ ਕੋਈ ਵੀ ਬੰਦਾ ਯਾਰ ਜਗਰਾਜ ਬਾਈ ਜੇ ਖਰਚਾ ਨਜਾਇਜ਼ ਕਰੂਗਾ ਨਜਾਇਜ਼ ਤਾਂ ਨਜਾਇਜ਼ ਆ ਸਹੀ ਗੱਲ ਜਦੋਂ ਹੁਣ ਆਪਾਂ ਪਤਾ ਕੀ ਕਰਦੇ ਸਾ ਆਪਣੇ ਬੰਦੇ ਕੀ ਕਰਦੇ ਆ ਜੇ ਹੁਣ ਮੰਨ ਲਾ ਵੀ 25 ਬੰਦੇ ਸੱਤ ਲਏ ਹਾਂਜੀ 25 ਬੰਦਿਆਂ ਨੇ 25 ਗੱਡਗਾਂ ਤੇ ਬੰਦੇ ਆਏ ਸਹੀ ਗੱਲ 25 ਬੰਦਿਆਂ ਨੇ 2-2 ਹਜ਼ਾਰ ਦਾ ਤੇਲ ਫੂਕਿਆ 50,000 ਦਾ ਖਰਚਾ ਉਹ ਹੋ ਗਿਆ ਹਾਂਜੀ 25 ਬੰਦੇ ਜਿਹੜੇ ਆਏ ਉਹਨਾਂ ਨੂੰ ਫਿਰ ਆ ਕੇ ਤੁਸੀਂ ਮੂੰਹ ਹੱਥ ਉਹਨਾਂ ਦੇ ਵੀ ਰੱਖੋਗੇ ਉਹਨਾਂ ਦੇ ਵੀ ਰੱਖਾਂ ਸੇਵਾ ਪਾਣੀ 1,000-1,000 ਬੰਦੇ ਦੇ ਖਰਚਾ ਕੀਤਾ ਹਾਂਜੀ 25,000 ਉਹ ਹੋ ਗਿਆ 75,000 ਹਾਂਜੀ ਇੱਕ ਪ੍ਰੋਗਰਾਮ ਵੀਡੀਓ ਦਾ 1,00,000 ਰੁਪਏ 'ਚ ਪੈ ਗਿਆ ਮਾੜੀ ਮਾੜੇ ਬੰਦੇ ਦੀ ਤਾਂ ਧੀ ਵਿਆਹੀ ਜਾਂਦੀ ਇੰਨੇ ਪੈਸਿਆਂ ਨਾਲ ਸਹੀ ਗੱਲ ਆ ਹੈ ਨਾ 1,00,000 ਰੁਪਏ ਦੀ ਗੱਲ ਆ ਹਾਂ ਵੀ ਇਹ ਇਹ ਜਿਹੜਾ ਕਲਚਰ ਆ ਕਿਤੇ ਨਾ ਕਿਤੇ ਮੈਂ ਬੇਨਤੀ ਕਰਦਾ ਬਈ ਇਹ ਗਲਤ ਸਟਾਰਟ ਹੋ ਗਿਆ ਇਹਨੂੰ ਬਾਈ ਬਣ ਕੇ ਰੋਕਿਆ ਕਰੋ ਫਿਰ ਇੱਕ ਪੰਗਾ ਇਹ ਪੈਂਦਾ ਬਈ ਉੱਥੇ ਜਦੋਂ ਬੰਦੇ ਉੱਥੇ ਹੁੰਦੇ ਆ ਵੀਡੀਓ ਬਣਾਉਂਦੇ ਹੁੰਦੇ ਆ ਫਿਰ ਉਹਨਾਂ ਨੂੰ ਰੋਕਣਾ ਪੈਂਦਾ ਯਾਰ ਬਾਈ ਇੱਧਰ ਦੀ ਕੈਮਰੇ ਮੂਹਰ ਦੀ ਨਾ ਲੰਘੋ ਉੱਧਰ ਦੀ ਨਾ ਲੰਘੋ ਐਂ ਰੌਲੇ ਪੈ ਜਾਂਦੇ ਮੇਰੇ ਨਾਲ ਇਹ ਚੱਕਰ 'ਚ ਬਾਈ ਬਣ ਕੇ ਕੋਸ਼ਿਸ਼ ਕਰਿਆ ਕਰੋ ਬਚਿਆ ਕਰੋ ਅਤੇ ਬਾਈ ਜਗਰਾਜ ਇਹਦੀ ਕਿੰਨੀ ਹਾਈਟ ਆ ਤੇਰੇ ਖਾਲੀ ਦੀ ਕਿੰਨਾ ਘੱਟਾ 66+ ਛਿਆਹਠ+ ਹਾਂਜੀ ਠੀਕ ਆ ਹਜੇ ਊ ਝੂਠ ਝਾਠ ਮਾਰਨੇ ਦਾ ਮੇਰੇ ਹਿਸਾਬ ਨਾਲ ਸਿੱਖੋਗੇ ਤੁਸੀਂ ਠਹਿਰ ਕੇ ਉਹ ਤਾਂ ਬਾਅਦ ਚ ਨਹੀਂ ਹਜੇ ਤਾਂ ਨਹੀਂ ਚਲੋ ਮੈਂ ਅਗਲੇ ਨੇ ਕਹਿ ਕੇ ਦਿੱਤਾ ਆਪਾਂ ਨੂੰ ਨਹੀਂ ਹਜੇ ਜਾਇਜ਼ ਹੀ ਆ ਜਮਾ ਸਹੀ ਹੋਈ ਆ ਸਹੀ ਆ ਫਿਰ ਝੂਠ ਉਹ ਦੇਣ ਵਾਲੇ ਨੇ ਵੀ ਨਹੀਂ ਮਾਰਿਆ ਤੇਰੇ ਕੋਲ ਜਾਇਜ਼ ਹੀ ਕੀਤੀ ਗੱਲ ਸਹੀ ਆ ਸ਼ੁਕਰ ਆ ਇਹ ਹੈਗਾ ਡੋਡਾ ਵਾਲੇ ਰਾਜੂ ਦਾ ਰਾਜੂ ਦਾ ਰਾਜੂ ਤਾਂ ਬਾਈ ਦੇ ਡਾਕਟਰ ਦੇ ਘਰੇ ਹੀ ਪੈਦਾ ਹੋਇਆ ਨਾ ਹਾਂਜੀ ਬੱਚੇ ਯਾਰ ਬਹੁਤ ਚੰਗੇ ਮੈਂ ਤਾਂ ਮਾਰਕੀਟ ਤੋਂ ਰੈਫਰ ਦੇ ਤਾਂ ਬੱਚੇ ਹੀ ਬਹੁਤ ਚੰਗੇ ਘੋੜੇ ਦੇ ਬਹੁਤ ਸੋਹਣੇ ਰਿਜ਼ਲਟ ਆ ਰਹੇ ਹਾਂ ਬੱਚੇ ਬਹੁਤ ਚੰਗੇ ਮੈਨੂੰ ਟੱਕਰ ਦੇ ਰਹਿੰਦੇ ਮਾਰਕੀਟ ਦੇ ਵਿੱਚ ਬੱਚੇ ਤੇ ਬੱਚੇ ਬਹੁਤ ਚੰਗੇ ਆ ਮਾਰਕੀਟ ਦੇ ਵਿੱਚ ਬਹੁਤ ਸੋਹਣੇ ਬੱਚੇ ਆਏ ਆ ਬਾਈ ਇਹ ਤਾਂ ਹਾਂ ਲੈ ਵੀ ਸੋਚਣੋ ਨਿਹਾਲੇ ਵਾਲੇ ਘੋੜਾ ਆ ਗਿਆ ਤੇ ਬਾਈ ਜਗਰਾਜ ਫੀਸ ਕਿੰਨੀ ਲਿਆ ਕਰਾਂਗੇ ਆਪਾਂ ਇਹਦੀ ਕਿੰਨੀ ਲਿਆ ਲੈ ਕਰਕੇ ਤੂੰ ਦੱਸ ਹੁਣ ਮੈਨੂੰ ਕਹਿੰਦਾ ਤੂੰ ਦੱਸ ਦੇ ਦੇਖ ਲਾ ਲੈ ਹਾਂ ਵੀ ਦੱਸ ਦੇ ਮੈਂ ਹੁਣ ਲੈ ਦੱਸੋ ਯਾਰ ਮੈਂ ਕੀ ਕਰਾਂ ਲੈ ਦੱਸੋ ਨਹੀਂ ਵੀ ਆਏ ਨਹੀਂ ਗੱਲ ਵੀ ਦੱਸ ਫੈਸਲਾ ਕਰ ਤੂੰ ਦੱਸ ਪੁੱਤ ਕਿੰਨੇ ਲਿਆ ਕਰੀਏ ਆਪਾਂ ਹੈ ਨਹੀਂ ਇਹ ਵੀ ਦੱਸਦਾ ਕੀ ਕਰੀਏ ਵੇ ਹੁਣ ਕੀ ਆਪਾਂ ਪੁੱਛਦੇ ਡਾਕਟਰ ਨੂੰ ਪੁੱਛਦੇ ਡਾਕਟਰ ਜਿੰਨੀ ਲੈਂਦਾ ਸੀ ਉਹਨੇ ਲੈ ਲਿਆ ਕਰਾਂਗੇ ਹਾਂਜੀ ਡਾਕਟਰ ਨੂੰ ਪੁੱਛ ਲੈਂਦੇ ਆਪਾਂ ਹਨਾ ਚਲੋ ਆਪਾਂ ਬੋਲ ਕੇ ਦੱਸ ਦਿਆਂਗੇ ਬਾਅਦ ਚ ਠੀਕ ਹੈ ਲੈ ਵੀ ਹਜੇ ਕੋਈ ਫੈਸਲਾ ਨਹੀਂ ਕਰ ਸਕਿਆ ਪੈਸੇ ਬੰਦਾ ਇਹੋ ਜਿਹਾ ਮੈਂ ਤੁਹਾਨੂੰ ਦੱਸਦਾ ਗੱਲ ਆਪਦੇ ਮੂੰਹੋਂ ਨਹੀਂ ਕਿਹਾ ਜਾਂਦਾ ਹੁੰਦਾ ਬੰਦੇ ਤੋਂ ਬੰਦਾ ਬਾਈ ਜਗਰਾਜ ਇਹੋ ਜਿਹਾ
ਵੀ ਜੇ ਕਿਸੇ ਕੋਈ ਮਾਤੜ ਭਰਾ ਨੇ ਘੋੜੀ ਭਰਾਉਣੀ ਹੋਊਗੀ ਤੇ ਉਹਦੀ ਫ੍ਰੀ ਭਰ ਦੇਣਗੇ। ਇਹੋ ਜਿਹਾ ਬੰਦਾ ਹੈ ਵੀ ਜੇ ਕਿਸੇ ਦਾ ਚੰਗੇ ਘੋੜੇ ਤੋਂ ਬੱਚਾ ਲੈਣ ਨੂੰ ਦਿਲ ਕਰਦਾ ਹੋਇਆ ਨਾ ਤੇ ਆਏ ਨੀ ਗਾ ਵੀ ਬਾਈ ਜਗਰਾਜ ਵੀਰ ਕੇ ਖੜ ਜੂਗਾ ਭਾਈ ਫੀਸ ਕੱਢੋ ਤੇ ਘੋੜਾ ਫੇਰ ਛੱਡਾਂਗੇ। ਇਹੋ ਜਿਹਾ ਬੰਦਾ ਨੀ ਗਾ। ਸਹੀ ਗੱਲ, ਠੀਕ ਹੈ ਕਿ ਨਹੀਂ? ਤੇ ਬਾਕੀ ਜਿਹੜੀ ਫੀਸ ਆ ਉਹ ਜਿੰਨਾ ਕੁ ਮੈਂ ਡਾਕਟਰ ਨਾਲ ਰਾਇ ਕੀਤੀ ਸੀ ਤੇ ਉਹ ਕਹਿੰਦਾ ਸੀ 15,000 ਰੁਪਈਆ। ਠੀਕ ਹੈ, 15,000 ਰੁਪਈਆ ਡਾਕਟਰ ਸਾਹਿਬ ਕਰਦੇ ਸੀ। ਹਾਂਜੀ, ਤੇ ਬਾਕੀ ਆਪਾਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਉਵੇਂ ਕਰ ਲਓ, ਉਵੇਂ ਕਰ ਲਓ, ਇਦਾਂ ਨਹੀਂ ਆਪਾਂ ਨੂੰ ਕੋਈ ਹੈਗਾ। ਬਸ ਠੀਕ ਆ, 15,000 ਰੁਪਈਆ ਫੀਸ ਆ। ਮੈਂ ਤਾਂ ਪਹਿਲਾਂ ਮੈਂ ਕਿਹਾ ਕੀ ਪਤਾ ਰਾਇ ਰੂ ਕੀਤੀ ਹੋਵੇ, ਰਾਇ ਕੀਤੀ? ਨਹੀਂ 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 ਨਹੀਂ, ਬਵਰਾ ਬੰਦਾ ਯਾਰ, ਸਿਰਾ ਗੱਲਬਾਤ ਆ। ਅਸੀਂ ਜਾਣਾ ਕਤਰ ਵੀ ਜਾਣਾ, ਤੁਹਾਨੂੰ ਕਤਰ ਦਿਖਾਵਾਂਗੇ ਅਸੀਂ। ਆਹ ਬੱਚਿਆਂ ਦੇ ਨਾਲ ਅਸੀਂ ਗੇੜਾ ਗੂੜਾ ਕੱਢ ਕੇ ਆਉਣਾ, ਬਾਹਰਲਾ ਮੁਲਕ ਦੇਖ ਕੇ ਆਉਣਾ ਸਾਰਾ, ਉਧਰ ਵੀ ਚੱਲਾਂਗੇ ਬਾਈ। ਠੀਕ ਹੈ, ਤੇ ਇਧਰ ਨੂੰ ਇਧਰ ਨੂੰ ਘੋੜੀਆਂ ਰੌਣਕ ਵਾਹਵਾ ਕਰ ਲਈ ਬਾਈ। ਹਾਂਜੀ, ਮੜਾ ਜਾ ਦਿਖਾ ਤਾਂ ਦੇਈਏ ਘੋੜੀਆਂ। ਹੈ ਆਹ ਸੱਜਰ ਨਵਾਂ ਨਵਾਂ ਫਾਰਮ ਦੰਦੀ ਆ ਜਾ। ਹਾਂ ਇਹ ਇਹ ਬਾਈ ਉਹ ਬੱਚਾ ਕੀਦਾ? ਮਗਰ ਮੇਰੇ ਘੋੜੇ ਰਹੇ ਕਿਹੜਾ ਹੀਰਾ ਕਿੱਥੋਂ ਆ? ਇਹ ਰਾਜਸਥਾਨਾ ਦਾ ਕਿਹੜਾ ਜੀ? ਅੱਛਾ, ਹਾਂ ਕਿਹੜਾ? ਰਾਜਸਥਾਨ ਤੋਂ ਹੀਰਾ ਕੋਲ। ਲੱਤਾਂ ਲੁੱਤਾਂ ਬੜੀਆਂ ਲੰਬੀਆਂ ਉਹਦੀਆਂ, ਬੱਚੇ ਦੀਆਂ। ਅੱਛਾ, ਸੋਹਣਾ ਹੈ ਬੱਚਾ, ਸੋਹਣਾ। ਅਦਰਾ ਇੱਕ ਆਹ ਬੱਚੀ ਹੈ, ਇਹ ਵੀ ਬੜੀ ਚੰਗੀ ਹੈ, ਕੱਦ ਬੜਾ ਕੀਤਾ ਉਦੋਂ ਜਦੋਂ ਨਿੱਕੀ ਜੀ ਸੀ, ਜਦੋਂ ਮੈਂ ਪਿਛਲੀ ਵਾਰ ਆਇਆ ਬਾਈ ਤੇਰੇ ਕੋਲੇ। ਹਾਂਜੀ, ਨੀਲੇ ਘੋੜੇ ਦੀ ਹੈ, ਨੀਲੀ ਘੋੜੀ ਦੀ, ਸਜਾਵ ਦੀ ਹੈ, ਸਜਾਵ ਦੀ ਆ। ਤੇ ਇਹ ਆਪਾਂ ਭਰਾਤੀ ਇੱਕ ਸਿਕੰਦਰ ਤੋਂ, ਸਿਕੰਦਰ ਘੋੜੇ ਤੋਂ, ਸਿਕੰਦਰ ਤੋਂ ਭਰਾਤੀ ਧੂਰਕੋਟ ਵਾਲੇ ਤੋਂ। ਸਿਕੰਦਰ ਵੀ ਆਪਣੇ ਪੰਜਾਬ ਦੇ ਵਿੱਚ ਬਹੁਤ ਚੰਗਾ ਘੋੜਾ, ਕਾਲੇ ਕਾਂਟੇ ਦਾ ਤੇ ਰਣੀਆਂ ਵਾਲੇ ਦਿਲਵਾਗ ਦਾ ਭਰਾ, ਅਲੀਸ਼ਾਨ ਦਾ ਬੱਚਾ, ਬਹੁਤ ਮਜ਼ਬੂਤ ਘੋੜਾ, ਬਹੁਤ ਵੱਡਾ ਮਜ਼ਬੂਤ ਘੋੜਾ, ਇਹ ਬਹੁਤ ਚੰਗਾ ਕੰਮ ਕੀਤਾ। ਇੱਕ ਆਹ ਪੰਜ ਕਲਿਆਣੀ, ਨਹੀਂ ਤਿੰਨ ਆ, ਮੈਂ ਤਿੰਨ ਪੈਰਾਂ, ਇਹ ਸੋਹਣ ਵਾਲੀ ਬਾਈ ਮਾਰ, 7 ਮਹੀਨੇ ਦੇ ਕੱਪੜੇ। ਤੇ ਤੂੰ ਦੱਸ ਮੈਨੂੰ ਇਹ ਪੁੱਤ ਇਹ ਕਿਹਦੀ ਆ? ਇਹ ਤੇਰਾ ਪਤਾ ਤੈਨੂੰ? ਹੈਂ, ਨਹੀਂ ਪਤਾ, ਨਹੀਂ ਪਤਾ ਬਈ, ਇਹਦਾ ਨਹੀਂ ਪਤਾ। ਆ ਮੇਰੇ ਪੁੱਤ ਦੀ ਘੋੜੀ ਆ, ਇਹਦੇ ਪੈਰ ਬਣਾਏ ਸੀ ਇਹਨੇ, ਬਣਾਉਂਦਾ ਪੈਰ ਇਹ, ਇਹਦੇ ਇਹਦੇ ਤੇ ਸਾਰਾ ਕੁਝ ਸਿੱਖਦੇ ਆ, ਸਿੱਖਦੇ ਆ ਇੱਥੇ, ਬਹਿਣਾ ਵੀ ਇੱਥੇ ਸਿੱਖਣਗੇ, ਕਾਰਾਗਰੀ ਇੱਥੇ ਬਹਿੰਦਾ ਇੱਥੇ। ਤੇ ਡਿੱਗਿਆ ਕਿਹੜਾ ਸੀ, ਕਿਹੜੀ ਘੋੜੀ ਤੋਂ? ਆ ਡਿੱਗਿਆ ਸੀ ਉੱਥੇ, ਇਹ ਤੋਂ ਡਿੱਗਿਆ, ਇਹਦੇ ਤੋਂ ਡਿੱਗਿਆ। ਘੋੜੀ ਚੰਗੀ ਸੀ, ਸਾਟਰੀ ਮਾਰੀ ਵਾਵਾ। ਹਾਂਜੀ, ਭੱਜ ਗਈ ਘੋੜੀ ਛੱਟ ਕੇ, ਜਦੋਂ ਆਪਾਂ ਚੱਕ ਲਓ। ਹਾਂ ਚਲੋ, ਤੇ ਆ ਇੱਕ ਆਹ ਬਾਈ ਕਿੱਥੋਂ ਲਿਆਇਆ ਐਡੀ ਵੱਡੀ? ਇਹ ਵੀ ਆਪਾਂ ਬਾਈ ਉਹ ਤੋਂ ਹੀ ਲਿਆਂਦੀ ਆ। ਰਾਜਸਥਾਨ ਚੋ ਇਹ ਤਾਂ ਹੋਊ ਯਾਰ, 63-64 ਇੰਚ ਦੀ ਘੋੜੀ। ਇਹ ਤਾਂ ਹੋਊਗੀ ਆਰਾਮ ਨਾਲ, ਹੋਊਗੀ ਯਾਰ 62 ਤੋਂ ਤਾਂ ਪਲੱਸ ਆ ਘੋੜੀ ਤੇਰੀ। ਕਿ ਕ੍ਰੋਸ ਹੋਈ ਵੀ ਆ? ਨਹੀਂ ਕਰਾਉਣੀ ਆ, ਕੈਮਰੇ ਨੂੰ ਦੇਖ ਕੇ ਪ੍ਰੀ ਤੂੰ ਰੋਲਿਆ ਰਲਿਆ ਫਿਰ। ਜਗਰਾਜ ਮੇਰਾ ਇੱਕ ਘੋੜਾ ਸਾਨੂੰ ਉਹ ਤਾਂ ਦਿਖਾ ਦੇ ਕਾਲਾ, ਆ ਜਾ ਉਧਰਲੇ ਘਰੇ। ਕਾਲਾ ਘੋੜਾ ਲਿਆਂਦਾ ਤੇ ਕਾਲੇ ਘੋੜੇ ਦੀ ਫੀਸ ਫੂਸ ਉਹਦੀ ਵੀ ਹਜੇ ਰਹਿ ਕਰਨੀ ਆ, ਉਹਦੀ ਵੀ ਤਾਂ ਹੀ ਦੱਸੀ। ਕਹਿੰਦਾ ਤੂੰ ਹੀ ਦੱਸਣੀ ਆ, ਮੇਰੇ ਤੇ ਇਤਰਾਜ ਕਰਨਗੇ ਲੋਕ, ਉਹਨਾਂ ਨੇ ਕਹਿਣਾ ਤੂੰ ਆਪਦੀ ਮਰਜ਼ੀ ਨਾਲ ਫੀਸਾਂ ਤੈਅ ਕਰਦਾ ਫਿਰਦਾ, ਮੈਨੂੰ ਜੱਬ ਖੜਾ ਕਰੋਗੇ? ਬੰਦਾ ਇੱਕ ਜਾਣਕਾਰ ਠਾਲਾ, ਉਹ ਘੋੜੇ ਦਾ ਖਾਨਦਾਨ ਦੱਸਣਾ, ਉਹਦਾ ਤਾਂ ਮੈਨੂੰ ਪਤਾ ਸੀ। ਉਹਦੇ ਤਾਂ ਡਾਕਟਰ, ਡਾਕਟਰ ਸਾਹਿਬ, ਡਾਕਟਰ ਆ ਜਾ, ਉਹ ਮੈਨੂੰ ਘੋੜੇ ਬਾਰੇ ਦੱਸ ਭਰਾ ਬਣ ਕੇ, ਉਹ ਘੋੜੇ ਬਾਰੇ ਦੱਸ ਜਿਹੜਾ ਆਪਣਾ ਘੋੜਾ ਕਾਲਾ, ਬਈ ਉਹਦੀ ਕੀ ਡਿਟੇਲ ਆ ਜਾ ਉੱਥੇ ਕੋਲੇ ਚੱਲਦੀ। ਆ ਜਾਓ, ਕਿੱਥੋਂ ਲਿਆਂਦਾ? ਰਾਜਸਥਾਨ ਤੋਂ? ਇਹ ਗੁਜਰਾਤ ਤੋਂ। ਗੁਜਰਾਤ ਤੋਂ ਲਿਆਂਦਾ ਬਈ, ਗੁਜਰਾਤ ਤੋਂ ਲਿਆਂਦਾ, ਮੰਨ ਲਓ ਆਹ ਘੋੜਾ ਇਹਨਾਂ ਨੇ। ਇਹਦਾ ਨਾਂ ਕੀ ਆ? ਇਹਦਾ ਨਾਂ ਹੈਗਾ ਹਡਾਲੀਓ। ਹਡਾਲੀਓ ਫਿਰ ਉੱਧਰ ਲਿਆ ਨਹੀਂ ਰੱਖਿਆ ਨਾਂ ਇਹਦਾ, ਹਨਾ ਬਾਈ? ਹਡਾਲੀਓ ਨਾਂ ਹੈ ਤੇ ਸੱਜਣੋ ਮੈਂ ਦੱਸ ਦਿੰਦਾ, ਇਹ ਤਾਂ ਹੈਗੇ ਜੱਕ ਦੇ। ਬਾਅਦ ਦੇ ਵਿੱਚ ਮੈਨੂੰ ਮਾਲਕਾਂ ਨੇ ਇਹਦੀ ਡਿਟੇਲ ਦਿੱਤੀ ਆ, ਇਹਦਾ ਨਾਂ ਹਡਾਲੀਓ ਆ, ਇਹ ਬਰਖਾਣੇ ਵਾਲੇ ਨਾਗਰਾਜ ਘੋੜੇ ਦਾ ਬੱਚਾ ਤੇ ਅਲੀਸ਼ਾਨ ਘੋੜੇ ਦਾ ਪੋਤਰਾ ਇਹ ਘੋੜਾ। ਇਹਦਾ ਇੱਕ ਰਿਜ਼ਲਟ ਵੀ ਮਾਲਕਾਂ ਨੇ ਮੇਰੇ ਕੋਲ ਵਟਸਐਪ 'ਤੇ ਭੇਜਿਆ, ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ। 63+ ਦੀ ਹਾਈਟ ਆ ਇਸ ਘੋੜੇ ਦੀ, ਤਾਂ ਇਸ ਘੋੜੇ ਦੀ ਮਾਲਕਾਂ ਨੇ 21,000 ਰੁਪਈਆ ਫੀਸ ਦੱਸੀ ਆ। ਬਾਈ ਜਗਰਾਜ ਹੁਣੀ ਨਵੇਂ ਆਏ ਆ ਘੋੜੀਆਂ ਦੇ ਫੀਲਡ ਦੇ ਵਿੱਚ, ਅਤੇ ਕਦੇ ਕੈਮਰੇ ਦੇ ਸਾਹਮਣੇ ਨਹੀਂ ਆਏ ਸੀ, ਇਸ ਕਰਕੇ ਬਾਈ ਹੁਣੀ ਜ਼ਿਆਦਾ ਨਹੀਂ ਬੋਲੇ। ਤਾਂ ਫਿਰ ਮੇਰਾ ਕੰਮ ਆ ਕਿ ਜਿਹੜੀ ਗੱਲ ਅਗਲਾ ਨਹੀਂ ਬੋਲਦਾ ਉਹ ਤੁਹਾਡੇ ਤੱਕ ਤਾਂ ਪਹੁੰਚਦੀ ਕਰਨੀ ਆ, ਕਿ ਮਾਲਕ ਕੋਲ ਘੋੜੇ ਦੀ ਕਿਸੇ ਦੀ ਕੀ ਇਨਫੋਰਮੇਸ਼ਨ ਆ ਉਹਨੂੰ ਤੁਹਾਡੇ ਕੋਲ ਪਹੁੰਚਦਾ ਕਰਨਾ ਮੇਰਾ ਫਰਜ਼ ਹੈ।
तो इस करके मैं बाद दे वैचे उन्हां तो डिटेल लैके इस घोड़े की तो तुहाडे कोले पहुँचदी कर रहा सजनों। ये भी ओपन फॉर स्टड है, किसी भी बंदे ने सर्विस लैनी है इस घोड़े तो तुसी लै सकते हैं। 21,000 रुपया फीस है, तो फीस भी मौके पर ही। बाई जगराज बहुत फकर बंदा, बहुत नेक रूह बंदा है बाई जगराज, तो बस जिमें कह दिए उमें करने वाला बंदा। उहदे नाल रैसला करके 21,000 रुपया इस घोड़े की फीस की है। बाकी की गलबात तुहाडी मालकां नाल करा दिंदे आ। ਇਹ ਘੋੜੇ ਦੀ ਹੁਣ ਫੀਸ ਤੂੰ ਦੱਸ ਦੇ ਬਾਈ ਬਣ ਕੇ, ਇੰਨਾ ਧੱਕਾ ਨਾ ਕਰ, ਮੈਂ ਇੱਥੋਂ ਨਾ ਸਾਰਾ ਕੁਝ ਕਰਾਈ ਚ ਪ੍ਰੀਤ ਯਾਰ ਇਹ ਗੱਲ ਹੈ ਰਹਿ ਰਹਿ ਹੋ ਗਈ ਬਾਈ ਸਾਡੀ ਰਹਿ ਹੋ ਗਈ 21,000 ਤੇ ਗੱਲ ਗਈ ਮੁੱਕ। ਮੈਂ ਕਿਹਾ ਬਾਈ ਤਕੜਾ ਬੰਦਾ ਤੂੰ, 31 ਲੈਂਦਾ ਫਿਰੇਗਾ 41-52 ਮਾੜੀ ਗੱਲ ਹੈ, ਤੂੰ ਚੱਲਦਾ ਤੂੰ 21,000 ਰੁਪਈਆ ਫੀਸ ਰੱਖ, ਠੀਕ ਹੈ ਹੈ ਬਾਈ। ਹਾਂਜੀ 21,000 ਰੁਪਈਏ ਤੇ ਸਾਡੀ ਗੱਲ ਗਈ ਨਿਬੜ। ਜਾਣ ਦਾ ਮੈਂ ਸਾਰਿਆਂ ਨੂੰ ਥੱਲੇ ਵਾਲਾ ਰੇਟ ਕਿਹਾ ਸੀ 21, ਤੇ ਸਾਰਿਆਂ ਨੂੰ ਥੱਲੇ ਵਾਲੇ ਤੇ ਹੀ ਮੰਨ ਗਿਆ ਬਾਈ, ਠੀਕ ਹੈ ਕਿ ਨਹੀਂ। ਅਲੀਸ਼ਾਨ ਲਾਈਨ ਦਾ ਘੋੜਾ, 63+ ਹਾਈਟ ਹੈ, ਮੇਰੇ ਬੱਚਿਆਂ ਦਾ ਘੋੜਾ ਇਹ। ਤੇ ਜੇ ਤੁਸੀਂ ਇਹ ਤੋਂ ਸਰਵਿਸ ਲੈਣੀ ਹੈ ਤਾਂ ਬਾਈ ਜਗਰਾਜ ਤੇ ਨੰਬਰ ਬਾਈ ਫਿਰ ਚੱਲ ਪਿਆ ਕਰੂਗਾ, ਜਿਹੜਾ ਕਤਰ ਵਾਲਾ, ਕਤਰ ਵਾਲਾ ਨੰਬਰ ਇੱਥੋਂ ਵੀ ਚੱਲਦਾ, ਇੱਥੋਂ ਵਾਲਾ ਨੰਬਰ ਦੇਗੀ? ਹਾਂ, ਤੁਹਾਡੇ ਚਾਚੇ ਦੇ ਮੁੰਡੇ ਵਾਲਾ, ਚਾਚੇ ਮੁੰਡੇ ਵਾਲਾ, ਚਾਚੇ ਦੇ ਮੁੰਡੇ ਦਾ ਨੰਬਰ ਦੇ ਦਿੰਦੇ ਬਾਈ ਦਾ ਨੰਬਰ, ਉਹ ਕੋਈ ਨਾ ਮਗਰੋਂ ਪਾ ਦਿਆਂਗੇ ਵਿੱਚ, ਲੋੜ ਨਾ ਮੰਨ ਜਮਾਂ ਹੀ। ਲੈ ਬਈ ਤੁਹਾਨੂੰ ਘੋੜੇ ਦਿਖਾ ਤੇ, 2 ਘੋੜੀਆਂ ਬਹੁਤ ਆ। ਜੇ ਤਾਂ ਦਿਖਾਉਣ 'ਤੇ ਆ ਜਾਂਦੇ ਤਾਂ ਭਾਵੇਂ ਸਾਰੀ ਦਿਹਾੜੀ ਘੋੜੇ ਦਿਖਾਈ ਜਾਂਦੇ, ਪਰ ਮੇਨ ਦਿਖਾਉਣੇ 2 ਘੋੜੇ ਹੀ ਸੀ ਵੱਡੇ, ਠੀਕ ਹੈ ਬਾਈ? ਹਾਂਜੀ ਹਾਂਜੀ। ਅਤੇ ਵਧਾਈਆਂ ਬਾਈ ਤੈਨੂੰ ਬਹੁਤ ਬਹੁਤ, ਘੋੜੇ ਚੰਗੇ ਆ, ਠੀਕ ਹੈ, ਘੋੜੇ ਚੰਗੇ ਆ ਗਏ। ਜਿਹੜੇ ਹਿਸਾਬ ਨਾਲ ਨਵਾਂ ਬੰਦਾ ਸੀ ਅਤੇ ਕੰਮ ਚਲਾਇਆ, ਹਾਂ ਪਹਿਲੀ ਵਾਰ ਸੀ, ਤੇ ਮੈਨੂੰ ਆਏ ਸੀਗਾ ਵੀ ਕਿਤੇ ਫੇਟ ਨਾ ਖਾ ਜੇ ਜੱਕੇ ਵਾਲੀ ਫੇਟ, ਖਾਦੀਆਂ ਵੀ ਬਥੇਰੀਆਂ, ਹਾਂ ਵੀ ਇਹ ਜਿਵੇਂ ਕਹਿੰਦੇ ਬਚੀ ਜੱਕੇ ਵਾਲੀ ਫੇਟ ਤੋਂ ਵੀ ਕਿਤੇ ਜੱਕੇ ਵਾਲੀ ਫੇਟ 'ਚ ਨਾ ਆ ਜੇ, ਪਰ ਬਚ ਗਿਆ, ਤਕੜਾ ਰਿਹਾ, ਚੰਗਾ ਰਿਹਾ, ਸਿਆਣਾ ਰਿਹਾ। ਮਾਲਕ ਸਭ ਨੂੰ ਬਚਾਵੇ, ਮਾਲਕ ਸਭ ਦੇ ਸ਼ੌਂਕ ਪੂਰੇ ਕਰੇ, ਦਵਾਵਾਂ ਅਤੇ ਬਾਈ ਨੂੰ ਮੁਬਾਰਕਾਂ ਦੇ ਦਿਓ ਡਟ ਕੇ। ਅਤੇ ਜੇ ਕਿਸੇ ਸੱਜਣ ਨੂੰ ਲੋੜ ਹੋਈ ਇੱਕ ਡੋਡਾ ਵਾਲੇ ਰਾਜੂ ਦਾ, ਸ਼ਰਮਨ ਜੈਨ ਦੇ, ਜਦੋਂ ਤੁਸੀਂ ਨਿਹਾਲੇ ਵਾਲੇ ਆਓਗੇ ਨਾ ਤੇ ਜਾਓਗੇ ਤੁਸੀਂ ਬਾਘੇ ਪੁਰਾਣੇ ਵੱਲੋਂ ਉਧਰ ਨੂੰ ਬਲਾ ਬਰਨਾਲੇ ਵੱਲ ਨੂੰ, ਤੇ ਸ਼ਰਮਨ ਜੈਨ ਵਾਲਿਆਂ ਦਾ ਹੋਟਲ ਆ ਬਹੁਤ ਵੱਡਾ, ਉਹਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਬਾਈ ਹੁਣਾਂ ਦਾ ਗਲੀ ਦੇ ਵਿੱਚ ਘਰ ਆ ਜਗਰਾਜ ਹੁਣਾਂ ਦਾ। ਜਗਰਾਜ ਘੋੜਿਆਂ ਵਾਲਾ, ਕਤਰ ਵਾਲਾ, ਪੁੱਛ ਕੇ ਜਦੋਂ ਮਰਜ਼ੀ ਤੇ ਜਿਵੇਂ ਮਰਜ਼ੀ ਤੇ ਜਿਹੜੇ ਵੇਲੇ ਮਰਜ਼ੀ, ਜਦੋਂ ਮਰਜ਼ੀ, ਠੀਕ ਆ। ਰਹਿਣ ਰੂਣ ਨੂੰ ਪੂਰਾ ਪ੍ਰਬੰਧ ਆ, ਜੇ ਕਿਸੇ ਬੰਦੇ ਨੂੰ ਘੋੜੀ ਦੇ ਨਾਲ ਰਾਤ ਵੀ ਰਹਿਣਾ ਪਿਆ ਤਾਂ ਇੱਥੇ ਰਹਿ ਸਕਦੇ ਆ, ਬੇਪਰਵਾਹੀਆਂ, ਮਾਲਕ ਦੀ ਕਿਰਪਾ, ਦਾਤ ਦੀ ਦਿਆ, ਦਿਲ ਦਰਿਆ ਬੰਦਾ। ਜਿਹੜੇ ਮਗਰ ਹੁੰਦੇ ਇੱਥੇ ਸਾਹਮਣੇ ਵਾਲੇ ਉਹ ਵੀ ਆਈ ਆ, ਠੀਕ ਆ ਕਿ ਨਹੀਂ। ਅਤੇ ਕਰ ਦਿਓ ਸ਼ੇਅਰ ਵੀਡੀਓ ਅਤੇ ਦੇ ਦਿਓ ਵਧਾਈਆਂ, ਅਤੇ ਚਾੜ ਦਿਓ ਥੱਬੇ ਦੇ ਥੱਬੇ ਬਾਈ ਬਣ ਕੇ, ਜਿਉਂਦੇ ਰਹੋ, ਧੰਨਵਾਦ।